बहुत ही सत्कारयोग सार साथियों तुहाडा इस यूट्यूब चैनल दे उत्ते स्वागत है। मैं डॉक्टर अमीर सिंह मुख्य खेतीबाड़ी अफसर फरीदकोट। जिवें कि तुहानूं पता ही है कि असी वख-वख समें ते वख-वख विशे नाल संबंधित जानकारी वख-वख माहरां राहीं तुहाडे तक पहुँचाउंदे रहिंदे आ ता जो तुसीं ओह जानकारी अपनी खेतीबाड़ी दे विच लागू करके अपनी खेती लागत खर्चे घटा सको ते अपनी आमदन दे विच वाधा कर सको। अज असीं गल्लबात करांगे प्रधानमंत्री किसान निधि योजना तहत 2000 रुपये जो मिलता वा वो EKYC लैंड सीडिंग करवानी क्यों जरूरी है। किसान साथियों तुहानूं जिवें कि तुहानूं पता है कि 19 फरवरी 2019 नूं माननीय प्रधानमंत्री श्री नरेंद्र मोदी जी वल्लों प्रधानमंत्री किसान सम्मान निधि योजना शुरू की गई सी, जिसका मुख्य मकसद किसानों द्वारा खेतीबाड़ी दे विच किए जाते खर्चे की कुछ हद तक पूर्ति करनी ता जो उन्हां तक जिहड़ा आर्थिक बोझ जिहड़ा वो कुछ घट सके। इस स्कीम तहत हर 4 महीने बाद 2000 रुपया किसानों के खाते में आ रहा है। हुण तक 15 जिहड़ी किश्तां जिहड़ियां ने वह तुहाडे खाते दे विच पै चुकियां ने ते 16वीं किश्त जिहड़ी आ वह फरवरी दे विच जां मार्च के पहले पंद्रवाड़े दे विच पैण की संभावना वा। सो इस संबंधी बहुत सारे किसान जिहड़े अजिहे हैगे ने जिन्हां दे खातिआं दे विच 2000 रुपया नहीं आ रहा जां वह डीएक्टिवेट हो गए। उसका कारण यह है कि वह जां ते लैंड सीटिंग उहदी नहीं ठीक हैगी जां उहदी KYC नहीं हुई जां उहदे जिहड़े बैंक अकाउंट जिहड़े आधार कार्ड नाल नहीं जुड़े। सो इहदे विच आपां वारी वारी गल करांगे कि सानूं हुण करन दी की जरूरत है। भारत सरकार वालों एक 12 फरवरी तो लैके 21 फरवरी तक स्पैशल जी कंपेन शुरू की जा रही है तो इस तरह जी फरीदकोट जिले के जिला फरीदकोट के भी एक स्पैशल कंपेन जी खेतीबाड़ी किसान भाई विभाग वालों कामन सर्विस सेंटर के सहयोग के नाल एक शुरू की जा रही है, जिस तहत समूह पिंड अधिकारी कर्मचारी जाके उन्होंने जी जे किसान रह गए हैं उन्होंने EKYC ਨੂੰ ਕਰਨ ਨੂੰ ਯਕੀਨੀ ਬਣਾਉਣਗੇ। ਸੋ ਇਸ ਵਾਸਤੇ ਸਮੂਹ ਕਿਸਾਨ ਸਾਥੀਆਂ ਦਾ ਸਹਿਯੋਗ ਦੀ ਲੋੜ ਹੈ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਗੈਰ ਜਿਹੜਾ ਵਾ ਉਹ ਇਹ ਕੰਮ ਨੇ ਪਰੇ ਨਹੀਂ ਚੜ ਸਕਦਾ। ਸੋ ਜੇਕਰ ਅਸੀਂ ਜ਼ਿਲ੍ਹਾ ਫਰੀਦਕੋਟ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਸਾਡੇ 43,611 ਜਿਹੜੇ ਟੋਟਲ ਜਿਹੜੇ ਆ ਉਹ ਬੈਨੀਫਿਸ਼ੀਅਰ ਜਿਹੜੇ ਸਾਡੇ ਐਕਟਿਵ ਫਾਰਮਰ ਨੇ। ਉਹਨਾਂ ਵਿੱਚੋਂ ਲੈਂਡ ਸੀਡਿੰਗ ਦੀ ਗੱਲ ਕੀਤੀ, ਲੈਂਡ ਸੀਡਿੰਗ ਜਿਹੜੀ ਹੁਣ ਤੱਕ ਜਿਹੜੀ ਆ ਉਹ ਸਾਡੀ 34,103 ਜਿਹੜੇ ਫਾਰਮਰ ਦੀ ਹੋ ਚੁੱਕੀ ਆ ਅਤੇ 9508 ਜਿਹੜੇ ਕਿਸਾਨ ਉਹ ਨੇ ਜਿਹੜੇ ਲੈਂਡ ਸੀਡਿੰਗ ਹੋਣ ਵਾਲੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ EKYC ਹੈ ਉਹ ਤਕਰੀਬਨ 27,547 ਕਿਸਾਨਾਂ ਦੀ ਹੋ ਚੁੱਕੀ ਹੈ ਅਤੇ 16,064 ਜਿਹੜੇ ਕਿਸਾਨ ਜਿਹੜੇ ਨੇ ਅਜਿਹੇ ਨੇ ਜਿਨ੍ਹਾਂ ਦੀ EKYC ਅਜੇ ਪੈਂਡਿੰਗ ਰਹਿੰਦੀ ਹੈ। ਜੇਕਰ ਆਧਾਰ ਕਾਰਡ ਦੀ ਪੈਂਡੈਂਸੀ ਦੇਖੀਏ ਤਾਂ ਉਹਦੇ ਵਿੱਚ ਸਾਡੇ 4,258 ਜਿਹੜੇ ਨੇ ਉਹ ਕਿਸਾਨ ਨੇ ਜਿਨ੍ਹਾਂ ਦੀ ਆਧਾਰ ਕਾਰਡ ਦੇ ਨਾਲ ਬੈਂਕ ਅਕਾਊਂਟ ਅਜੇ ਤੱਕ ਨਹੀਂ ਜੁੜਿਆ। ਸੋ ਇਹ 3 ਕਾਰਨ ਨੇ ਜਿਨ੍ਹਾਂ ਕਰਕੇ ਸਾਡੀ ਜਿਹੜੀ ਨੇ ਉਹ ਕਿਸ਼ਤ ਜਿਹੜੀ ਆ ਉਹ ਚਾਹੇ 12ਵੀਂ 13ਵੀਂ ਆ ਜਾਂ ਚਾਹੇ 15ਵੀਂ 14ਵੀਂ ਆ ਉਹ ਜਿਹੜੀਆਂ ਰੁਕੀਆਂ ਪਈਆਂ ਨੇ। ਜਦੋਂ ਆਪਾਂ ਇਹ ਸਾਰਾ ਕੰਮ ਜਿਹੜਾ ਵਾ ਕੰਪਲੀਟ ਕਰ ਲਵਾਂਗੇ ਤਾਂ ਸਾਡੀਆਂ ਇਹ ਜਿਹੜੀ ਕਿਸ਼ਤਾਂ ਜਿਹੜੀਆਂ ਬਕਾਇਆ ਰਹਿੰਦੀਆਂ ਨੇ ਉਹ ਵੀ ਆਟੋਮੈਟਿਕਲੀ ਸਾਡੀਆਂ ਜਿਹੜੀਆਂ ਨੇ ਉਹ ਬੈਂਕ ਖਾਤੇ ਵਿੱਚ ਆ ਜਾਂਦੀਆਂ। ਪਰ ਕਿਸਾਨ ਸਾਥੀਓ ਇਹ ਵੀ ਬੈਂਕ ਜਿਹੜੀ ਹੁਣ ਜਿਹੜੀ 16ਵੀਂ ਕਿਸ਼ਤ ਪੈਣੀ ਆ ਉਹ ਤਾਂ ਹੀ ਪੈਣੀ ਜੇਕਰ ਅਸੀਂ EKYC ਅਤੇ ਆਧਾਰ ਕਾਰਡ ਪੈਂਡੈਂਸੀ ਆਧਾਰ ਕਾਰਡ ਜਿਹੜੀ ਹੈ ਨਾਲ ਲਿੰਕ ਕਰਾਵਾਂਗੇ ਜਾਂ ਲੈਂਡ ਸੀਡਿੰਗ ਠੀਕ ਕਰਾਵਾਂਗੇ। ਹੁਣ ਲੈਂਡ ਸੀਡਿੰਗ ਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਜ਼ਮੀਨ ਦਾ ਰਿਕਾਰਡ ਆ ਉਹ ਸਹੀ ਹੈ ਵਾ ਜਾਂ ਨਹੀਂ ਹੈ। ਸੋ ਉਹਦੇ ਵਿੱਚ ਜਦੋਂ ਆਪਾਂ ਤੁਹਾਡੀ ਮੰਨ ਲਓ ਕਿਸ਼ਤ ਤੁਹਾਡੀ ਰੁਕੀ ਹੈ ਤੁਸੀਂ ਆਪਣੇ ਕਾਮਨ ਸਰਵਿਸ ਸੈਂਟਰ ਦੇ ਵਿੱਚ ਜਾ ਕੇ ਉੱਥੇ ਆਪਾਂ ਸਟੇਟਸ ਰਿਪੋਰਟ ਕਢਾਵਾਂਗੇ। ਸਟੇਟਸ ਰਿਪੋਰਟ ਦੇ ਵਿੱਚ ਪਤਾ ਲੱਗੂਗਾ ਕਿ ਲੈਂਡ ਸੀਡਿੰਗ ਯੈਸ ਵਾ ਕਿ ਨੋ ਆ। ਜੇਕਰ ਯੈਸ ਆ ਤਾਂ ਕੋਈ ਪ੍ਰੋਬਲਮ ਨਹੀਂ ਹੈ, ਜੇਕਰ ਨੋ ਆ ਤਾਂ ਫਿਰ ਅਸੀਂ ਉਹਦੀ ਲੈਂਡ ਜਿਹੜੀ ਤੁਹਾਡੇ ਕਾਗਜ਼ਾਤ ਨੇ ਜਿਹੜੇ ਤੁਹਾਡੇ ਕਾਗਜ਼ਾਤ ਨੇ ਉਹਨੂੰ ਹੀ ਫਾਈਲ ਤਿਆਰ ਕਰਕੇ ਉਹਦੇ ਵਿੱਚ ਜਮ੍ਹਾਂਬੰਦੀ ਸਵੈ ਘੋਸ਼ਣਾ ਪੱਤਰ ਬੈਂਕ ਆਧਾਰ ਕਾਰਡ ਬੈਂਕ ਪਾਸਬੁੱਕ ਆਧਾਰ ਕਾਰਡ ਦੀ ਕਾਪੀ ਇਹ ਸਾਰੀ ਜਿਹੜੀ ਕਰਕੇ ਆਪਣੇ ਨੇੜਲੇ ਖੇਤੀਬਾੜੀ ਜਿਹੜੇ ਸਾਡੇ ਦਫ਼ਤਰ ਨੇ ਉਹਨਾਂ ਵਿੱਚ ਆਪਾਂ ਜਮ੍ਹਾਂ ਕਰਵਾਵਾਂਗੇ। ਉਹ ਜਮ੍ਹਾਂ ਜਿੰਨੇ ਵੀ ਤੁਹਾਡੀਆਂ ਫਾਈਲਾਂ ਆ ਜਾਣਗੀਆਂ ਉਹ ਫਿਰ ਸਾਡੇ ਅਧਿਕਾਰੀ ਜਿਹੜੀਆਂ ਨੇ ਆਪਣੇ ਮਾਲ ਵਿਭਾਗ ਦੇ ਜਿਹੜੇ ਆਪਣੇ ਲੈਂਡ ਰਿਕਾਰਡ ਸੁਸਾਇਟੀ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਹੈ ਉਹਨਾਂ ਕੋਲ ਜਾਏਗੀ, ਉਹ ਸਾਡੇ ਆਧਾਰ ਜਿਹੜੀ ਤੁਹਾਡੀ ਲੈਂਡ ਸੀਡਿੰਗ ਜਿਹੜੀ ਆ ਉਹ ਠੀਕ ਕਰਵਾ ਦੇਣਗੇ, ਤੁਹਾਡਾ ਲੈਂਡ ਰਿਕਾਰਡ ਠੀਕ ਕਰਵਾ ਦੇਣਗੇ। ਸੋ ਇਹ ਆਪਾਂ ਜਿਹੜਾ ਲੈਂਡ ਸੀਡਿੰਗ ਦਾ ਕੰਮ ਵੀ ਵੇਲੇ ਜਲਦੀ ਤੋਂ ਜਲਦੀ ਕਰਨਾ। ਇਸੇ ਤਰ੍ਹਾਂ EKYC ਹੈ, EKYC ਦਾ ਕੰਮ ਜਿਹੜਾ ਵਾ ਮਤਲਬ ਕਿ EKYC ਦਾ ਮਤਲਬ ਕਿ ਇਲੈਕਟ੍ਰੋਨਿਕਲ ਨੋ ਯੂਅਰ ਕਸਟਮਰ। ਆਪਾਂ
ਆਪਾਂ ਭਾਰਤ ਸਰਕਾਰ ਦੇ ਕਲਾਇੰਟ ਹਾਂ, ਭਾਰਤ ਸਰਕਾਰ ਜਾਣਾ ਚਾਹੁੰਦੀ ਹੈ ਕਿ ਜਿਹੜਾ ਆਪਾਂ ਕਲਾਇੰਟ ਹੈ ਜਿਹਨੂੰ ਆਪਾਂ 2000 ਰੁਪਏ ਦੇ ਰਹੇ ਹਾਂ ਉਹ ਠੀਕ ਹੈ ਵਾ ਜਾਂ ਨਹੀਂ ਹੈ। ਕਈ ਕਈ ਫਾਰਮਰ ਅਜਿਹੇ ਵੀ ਹੈਗੇ ਨੇ, ਕਈ ਕਿਸਾਨ ਤਾਂ ਨਹੀਂ ਆਪਾਂ ਨੂੰ ਕਹਿ ਸਕਦੇ, ਕਈ ਉਹ ਵੇਚਵੀ ਨੇ ਜਿਹੜੇ ਆ ਉਹ ਵੀ ਜਿਹੜੇ ਨੇ ਉਹ ਲੈ ਰਹੇ ਨੇ, ਪਰ ਉਹਨਾਂ ਨੂੰ ਇਸ ਉਹਦੀ ਛਾਂਟੀ ਕਰਨ ਲਈ ਇਹ EKYC ਕਰਨੀ ਕਰਵਾਉਣੀ ਜਿਹੜੀ ਬਹੁਤ ਜ਼ਰੂਰੀ ਹੈ। ਸੋ ਇਹਦੇ ਵਿੱਚ 3 ਤਰੀਕੇ ਨੇ ਜਿਹਦੇ 'ਚ ਆਪਾਂ EKYC ਜਿਹੜੀ ਕਰਵਾ ਸਕਦੇ ਹਾਂ। ਇੱਕ ਤਾਂ ਇਹ ਹੈ ਕਿ ਅਸੀਂ ਘਰ ਬੈਠੇ ਆਪਣੇ ਮੋਬਾਈਲ ਦੇ ਉੱਤੇ ਵੀ ਜਿਹੜਾ ਵਾ ਉਹ ਫੇਸ ਡਿਟੈਕਸ਼ਨ ਆਪਸ਼ਨ ਦੇ ਨਾਲ ਕਰ ਸਕਦੇ ਹਾਂ। ਉਹਦੇ ਵਿੱਚ ਸਾਨੂੰ PM ਕਿਸਾਨ ਜਿਹੜੀ ਐਪ ਜਿਹੜੀ ਡਾਊਨਲੋਡ ਕਰਨੀ ਪਏਗੀ, ਉਹਦੇ ਵਿੱਚ ਜਾ ਕੇ ਸਾਡਾ ਜਿਹੜਾ ਮੋਬਾਈਲ ਨੰਬਰ ਐਂਟਰ ਕਰਨਾ ਉਹ ਕਰਨਾ ਹੋਏਗਾ। ਉਹ 'ਚ ਇੱਕ ਫੇਸ ਡਿਟੈਕਸ਼ਨ ਦੀ ਆਪਸ਼ਨ ਆਏਗੀ, ਉਹਨੂੰ ਆਪਾਂ ਫੇਸ ਡਿਟੈਕਸ਼ਨ ਦਾ ਮਤਲਬ ਹੁੰਦਾ ਕਿ ਆਪਣਾ ਮੋਬਾਈਲ ਜਿਹੜਾ ਵਾ ਆਪਣੇ ਮੂੰਹ ਸਾਹਮਣੇ ਕਰਾਂਗੇ ਅਤੇ ਸਾਨੂੰ ਜਿਹੜਾ ਵਾ ਉਹ ਇੱਕ ਪਹਿਚਾਣ ਜਿਹੜੀ ਹੈ ਤਸਦੀਕ ਹੋ ਜਾਏਗੀ। ਸੋ ਇਸ ਤਰ੍ਹਾਂ ਵੀ ਆਪਾਂ ਜਿਹੜੀ ਆ ਉਹ EKYC ਕਰਵਾ ਸਕਦੇ ਹਾਂ। ਦੂਜਾ ਇਹ ਕਿ ਆਪਾਂ ਜਿਹੜੀ ਆ ਜਿਹੜੀ ਸਾਈਟ ਆ ਉਹਦੇ 'ਤੇ ਜਾ ਕੇ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਐਂਟਰ ਕਰਾਂਗੇ, ਸਾਨੂੰ ਇੱਕ OTP ਆਏਗਾ। OTP ਆਧਾਰਿਤ ਜਿਹੜਾ ਉਹ ਜਦੋਂ OTP ਵਿੱਚ ਐਂਟਰ ਕਰਾਂਗੇ ਤੁਹਾਡੀ EKYC ਜਿਹੜੀ ਆ ਉਹ ਹੋ ਜਾਏਗੀ। ਤੀਜਾ ਹੈ ਕਿ ਇਹੀ ਜਿਹੜੇ ਕਾਮਨ ਸਰਵਿਸ ਸੈਂਟਰ ਆ, ਕਾਮਨ ਸੈਂਟਰ ਵਿੱਚ ਕਾਮਨ ਸਰਵਿਸ ਸੈਂਟਰ ਜਿਹੜੇ ਹਰੇਕ ਕਸਬੇ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਹੈਗੇ ਨੇ, ਜਿਹੜੇ ਕਿ ਨੌਜਵਾਨ ਜਿਹੜੇ ਕਿਸਾਨ ਆਪਣੇ ਪੱਧਰ 'ਤੇ ਜਿਹੜੇ ਉਹ ਭਾਰਤ ਸਰਕਾਰ ਵੱਲੋਂ ਅਧਿਕਾਰਿਤ ਕੀਤਾ ਗਿਆ ਵਾ, ਤਾਂ ਉਹ ਜਿਹੜੇ ਚਲਾ ਰਹੇ ਨੇ। ਸੋ ਉੱਥੇ ਜਾ ਕੇ ਵੀ ਇਹੀ ਜਿਹੜਾ ਵਾ ਉਹ ਆਪਣਾ ਆਧਾਰ ਕਾਰਡ ਨਾਲ ਲਿਜਾ ਜਾਓ, ਇੱਕ ਮੋਬਾਈਲ ਨੰਬਰ ਲੈ ਜਾਓ ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਜਿਹੜੀ ਫਿੰਗਰ ਪ੍ਰਿੰਟ ਨਾਲ ਜਿਹੜੀ ਬਾਇਓਮੈਟ੍ਰਿਕ ਸਿਸਟਮ ਦੇ ਨਾਲ ਉਹ ਜਿਹੜਾ ਤੁਹਾਡੀ EKYC ਕਰਵਾ ਦਿੱਤੀ ਜਾਏਗੀ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ, ਦੋ ਚੀਜ਼ਾਂ ਇਹ, ਤੀਜੀ ਜਿਹੜੀ ਤੀਜੀ ਹੈ ਕਿ ਜਿਹੜਾ ਆਪਣਾ ਬੈਂਕ ਅਕਾਊਂਟ ਆ, ਕਈ ਵਾਰ ਹੁੰਦਾ ਕਿ 2-3 ਅਕਾਊਂਟ ਹੁੰਦੇ ਸਾਡੇ ਬੈਂਕ ਦੇ, ਉਹ ਸਾਡੇ ਜਿਹੜੇ ਪੈਸੇ ਜਾ ਰਹੇ ਆ ਉਹ ਕਿਸੇ ਅਕਾਊਂਟ 'ਤੇ ਜਾ ਰਹੇ, ਵੇਖਦੇ ਆਪਾਂ ਕਿਸੇ ਨਾਲ ਆ, ਕਈ ਵਾਰੀ ਆਪਣਾ ਆਧਾਰ ਕਾਰਡ ਨਾਲ ਲਿੰਕ ਨਹੀਂ ਹੈਗਾ। ਸੋ ਉਸ ਕਰਕੇ ਜਿਹੜਾ ਵਾ ਉਹਨੂੰ ਆਪਣਾ ਆਧਾਰ ਕਾਰਡ ਦੇ ਨਾਲ ਲਿੰਕ ਜਿਹੜਾ ਵਾ ਅਕਾਊਂਟ ਬੈਂਕ ਅਕਾਊਂਟ ਨੰਬਰ ਆ ਉਹ ਕਰਾਉਣਾ ਕਰਾਉਣਾ ਬਹੁਤ ਜ਼ਰੂਰੀ ਆ। ਜਿੱਦਾਂ ਤੁਹਾਨੂੰ ਦੱਸਿਆ ਕਿ 4258 ਜਿਹੇ ਫਾਰਮਰ ਨੇ, ਜਿਹੇ ਕਿਸਾਨ ਨੇ, ਜਿਹੇ ਲਾਭਪਾਤਰੀ ਨੇ ਜਿਨ੍ਹਾਂ ਦੇ ਜਿਹੜੇ ਆ ਬੈਂਕ ਅਕਾਊਂਟ ਜਿਹੜੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੈਗੇ, ਉਹਨਾਂ ਨੂੰ 2000 ਦੀ ਕਿਸ਼ਤ ਨਹੀਂ ਆ ਰਹੀ। ਸੋ ਉਹਦੇ ਵਾਸਤੇ ਜਿਹੜਾ ਸਾਨੂੰ ਆਪਣੇ ਬੈਂਕ ਵਿੱਚ ਜਾ ਕੇ ਜਿਹੜੇ ਵੀ ਬੈਂਕ ਕੁਛ ਬੈਂਕ ਵੀ ਅਧਿਕਾਰਤ ਕੀਤੇ ਗਏ ਨੇ, ਕੋਈ ਕਾਮਨ ਸਰਵਿਸ ਸੈਂਟਰ ਵੀ ਅਧਿਕਾਰਤ ਕੀਤੇ ਗਏ ਨੇ ਵੀ ਉਹ ਸਾਡੇ ਲਿੰਕ ਜਿਹੜੇ ਉਹ ਕਰਵਾ ਸਕਦੇ ਆ। ਉੱਥੇ ਜਾ ਕੇ ਆਪਣਾ ਲਿੰਕ ਕਰਵਾਓ, ਲਿੰਕ ਕਰਵਾਉਣ ਤੋਂ ਬਾਅਦ ਤੁਹਾਡਾ ਜਿਹੜਾ ਵਾ ਉਹ ਸਾਰੇ ਜਿੰਨੇ ਵੀ ਤੁਹਾਡੀ ਗਾਹ ਜਿਹੜੀ ਬੈਨੀਫਿਟ ਤੁਹਾਨੂੰ ਮਿਲਣਗੇ ਉਸੇ ਅਕਾਊਂਟ ਦੇ ਵਿੱਚ ਆਇਆ ਕਰਨਗੇ, ਕਿਉਂਕਿ ਜਿੰਨੀਆਂ ਵੀ ਸਕੀਮਾਂ ਭਾਰਤ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਨੇ ਉਹ ਤੁਹਾਡੇ ਬੈਂਕ ਅਕਾਊਂਟ ਵਿੱਚ ਹੀ ਉਹਦੀ ਜਿਹੜੇ ਬੈਨੀਫਿਟ ਆ ਰਹੇ ਨੇ। ਸੋ ਇਸ ਕਰਕੇ ਇਹ ਜਿਹੜੀ ਆਪਣੀ ਜਿਹੜੀ ਆ ਉਹ 'ਚ ਕਰਵਾਓਗੇ। ਤੀਜੀ ਗੱਲ ਹੈ ਕਿ ਕਈ ਵਾਰੀ ਦੇਖਿਆ ਗਿਆ ਕਿ ਕੁਛ ਕਿਸਾਨਾਂ ਦੇ ਉਹ ਬੈਂਕ ਅਕਾਊਂਟ ਲਿੰਕ ਵੀ ਹੈਗੇ ਆ ਪਰ ਨਹੀਂ ਉਹਨਾਂ ਦੇ ਆ ਰਹੇ, ਪਰ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਉਹ ਲਿੰਕ ਜਿਹੜੇ ਲਿੰਕ ਹੋਏ ਆ ਉਹਨੂੰ ਡੀਲਿੰਕ ਕਰਕੇ, ਉਹਨੂੰ ਡੀਲਿੰਕ ਕਰਕੇ ਦੁਬਾਰਾ ਲਿੰਕ ਕਰਾਂਗੇ ਤਾਂ ਉਹ ਤੁਹਾਡਾ ਜਿਹੜਾ ਅਕਾਊਂਟ ਜਿਹੜਾ ਵਾ ਚਾਲੂ ਗਲਤ ਵਿੱਚ ਹੋ ਜਾਏਗਾ। ਸੋ ਇਸ ਕਰਕੇ ਇਹ ਜਿਹੜੀਆਂ 3-4 ਚੀਜ਼ਾਂ ਨੇ ਆਪਾਂ ਨੂੰ ਜਲਦੀ ਤੋਂ ਜਲਦੀ, ਕਿਉਂਕਿ ਸਾਡੀ 12 ਤੋਂ ਲੈ ਕੇ 21 ਤੱਕ ਜਿਹੜੀ ਸਾਡੀ ਕੰਪੇਨ ਚੱਲਣੀ ਆ, ਇਹਦੇ ਵਿੱਚ ਸਾਡੇ ਸਾਰੇ ਅਧਿਕਾਰੀ ਕਰਮਚਾਰੀ ਪਿੰਡਾਂ ਦੇ ਵਿੱਚ ਵਿਸ਼ੇਸ਼ ਜਿਹੜੇ ਕੈਂਪ ਲਗਾਏ ਜਾਣੇ ਨੇ, ਉਹਦੇ ਵਿੱਚ ਜਿਨ੍ਹਾਂ ਦੀ ਵੀ ਜਿਹੜੀ ਆ ਉਹ EKYC ਹੋਣ ਵਾਲੀ ਆ ਉਹ ਕਰਵਾਈ ਜਾਣੀ ਆ। ਇਹਦੇ ਵਿੱਚ ਕਾਮਨ ਸਰਵਿਸ ਸੈਂਟਰ ਜਿਹੜੇ ਨੇ ਉਹਨਾਂ ਵੱਲੋਂ ਮੁਲਾਜ਼ਮ ਜਿਹੜੇ ਨੇ ਉਹ ਵੀ ਸਾਡਾ ਸਹਿਯੋਗ ਕਰਨਗੇ। ਅਤੇ ਸੋ ਮੇਰੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਇਹ ਕਿ ਆਪਾਂ ਨਾਲ ਸਹਿਯੋਗ ਕਰੀਏ, ਜਿੰਨੀ ਵੀ EKYC ਵੱਧ ਤੋਂ ਵੱਧ ਹੋ ਸਕੀ ਹੋਵੇਗੀ ਉਹ ਤੁਹਾਡੇ ਬੈਨੀਫਿਟ ਦੇਵੇਗੀ, ਕਿਉਂਕਿ ਸਾਡੇ 2000 ਦੀ ਜਿਹੜੀ ਕਿਸ਼ਤ ਜਿਹੜੀ ਨੈਕਸਟ ਆਉਣੀ ਆ ਉਹ ਤਾਂ ਜੇ ਪੈਣੀ ਤੁਹਾਡੇ ਖਾਤੇ ਜੇ ਤੁਹਾਡੀ EKYC ਹੋਏਗੀ। ਜੇ EKYC ਜਾਂ ਲੈਂਡ ਸੀਡਿੰਗ ਨਹੀਂ ਹੋਏਗੀ ਤੁਹਾਡੀ 2000 ਦੀ ਕਿਸ਼ਤ ਨਹੀਂ ਆਏਗੀ। ਜਦੋਂ ਆਪਾਂ ਇਹ ਤਿੰਨੇ ਕੰਮ ਕਰ ਲਾਂਗੇ ਤੁਹਾਡੀ ਰੁਕੀ ਹੋਈ ਕਿਸ਼ਤਾਂ ਵੀ ਜਿਹੜੀ ਤੁਹਾਡੇ ਕੋਲ ਆ ਜਾਣਗੀਆਂ। ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਜਿਹੜੀ ਸਾਡੀ ਇਹ ਜਿਹੜੀ ਕੰਪੇਨ ਜਿਹੜੀ ਚਲਾਈ ਜਾਣੀ ਆ ਉਹ 21 ਤਰੀਕ ਤੱਕ, ਉਸ ਤੋਂ ਬਾਅਦ ਵੀ ਚੱਲੇਗੀ, ਕਿਉਂਕਿ ਸਾਡਾ ਜਿਹੜਾ ਮੇਨ ਪਹਿਲਾਂ ਤਾਂ ਸੀਗਾ ਪ੍ਰੋਗਰਾਮ ਵੀ 1 ਮਹੀਨੇ ਤੱਕ ਸਾਡੀ ਜਿਹੜੀ ਕੰਪੇਨ ਚੱਲੇਗੀ ਉਹਦੇ ਵਿੱਚ ਸਾਰਾ ਜਿਹੜਾ ਆਪਾਂ ਕੰਪਲੀਟ ਕਰਾਂਗੇ, ਪਰ ਸਾਡੀ ਜਿਹੜੀ ਆ ਉਹ 21 ਤਰੀਕ ਤੱਕ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਆ, ਪਰ ਸਾਡਾ ਜਿਹੜਾ ਲਗਾਤਾਰ ਜਿਹੜੀ ਚੱਲਦੀ ਰਹੇਗੀ। ਸੋ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਨੂੰ ਸਹਿਯੋਗ ਕਰੀਏ, ਆਪਣੀ EKYC ਕਰਾਈਏ, ਲੈਂਡ ਸੀਡਿੰਗ ਜੈਸ ਕਰਾਈਏ ਅਤੇ ਆਪਣੇ ਅਕਾਊਂਟ ਜਿਹੜੇ ਜਿਹੜੇ ਆਧਾਰ ਕਾਰਡ ਨਾਲ ਲਿੰਕ ਕਰਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।